ਹਾਂਜੀ ਹੈਲੋ ਗਾਇਜ਼ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਇਸ ਆਫੀਸ਼ੀਅਲੀ ਪਲੇਟਫਾਰਮ ਦੇ ਉੱਪਰ ਦੋ ਵੱਜ ਚੁੱਕੇ ਹੈ ਫਾਈਨਲੀ ਵੈਸੇ ਤਾਂ ਹੁਣ ਸਵਾ ਦੋ ਹੋ ਗਿਆ ਹੈ ਆਪਣੇ 10 ਤੋਂ 15 ਮਿੰਟ ਵੇਸਟ ਹੋ ਗਿਆ ਥੋੜਾ ਜਿਹਾ ਟੈਕਨੀਕਲ ਪ੍ਰੋਬਲਮ ਕਰਕੇ ਠੀਕ ਹੈ ਉਹਦੇ ਲਈ ਮਾਫੀ ਚਾਹੁੰਦੇ ਆ ਤੁਸੀਂ ਕੀ ਹੈ ਬਸ ਪੈਨਿਕ ਨਾ ਹੋਇਆ ਕਰੋ ਠੀਕ ਹੈ ਤੁਸੀਂ ਰਿਵਾਈਜ਼ ਕਰ ਲਿਆ ਕਰੋ ਉਸ ਤੋਂ ਪਹਿਲਾਂ ਓਕੇ ਲੈਕਚਰ ਨੂੰ ਤਾਂ ਗਾਈਜ਼ ਅਗਰ ਆਪਾਂ ਗੱਲ ਕਰੀਏ ਤਾਂ ਹੁਣ ਤੁਸੀਂ ਕੀ ਹੈ ਆਪਸ ਦੇ ਵਿੱਚ ਗੱਲਾਂ ਮਾਰਨਾ ਬੰਦ ਕਰ ਦਿਓ ਠੀਕ ਹੈ ਉਹ ਆਪਾਂ ਡਿਸਕਸ਼ਨ ਕਿਸੇ ਹੋਰ ਟਾਈਮ ਵੀ ਕਰ ਸਕਦੇ ਹਾਂ ਠੀਕ ਹੈ ਤਾਂ ਆਪਾਂ ਅੱਜ ਦਾ ਲੈਕਚਰ ਕਰਦੇ ਹਾਂ ਸਟਾਰਟ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਆਫਟਰਨੂੰ ਟੂ ਆਲ ਆਫ ਯੂ ਗਾਈਜ਼ ਠੀਕ ਹੈ ਤੁਹਾਡੀ ਕਿਵੇਂ ਚੱਲ ਰਹੀ ਹੈ ਤਿਆਰੀ ਦੱਸੋ ਕਮੈਂਟ ਕਰਕੇ ਤਿਆਰੀ ਕਿਸ ਤਰ੍ਹਾਂ ਚੱਲ ਰਹੀ ਹੈ ਸਾਰਿਆਂ ਦੀ ਔਰ ਹਾਂ ਅਗਰ ਤੁਸੀਂ ਦੋਸਤੋ ਪੰਜਾਬ ਦੇ ਵਿੱਚ ਗਵਰਨਮੈਂਟ ਐਗਜ਼ਾਮ ਦੇ ਵਿੱਚ ਜੋਬ ਲੈਣਾ ਚਾਹੁੰਦੇ ਹੋ ਠੀਕ ਹੈ ਤਾਂ ਤੁਸੀਂ ਦੋਸਤੋ ਗਿਲਜੀ ਮੈਂਟਰ ਦੇ ਆਪਣੇ ਸਪੈਸ਼ਲ ਕੋਰਸਿਸ ਜਿਹੜੇ ਆ ਉਹ ਜੁਆਇਨ ਕਰ ਸਕਦੇ ਹੋ ਠੀਕ ਹੈ ਆਪਣੀ ਐਪ ਜਿਹੜੀ ਆ ਉਹ ਤੁਸੀਂ ਜਾ ਕੇ ਪਲੇ ਸਟੋਰ ਤੋਂ ਕਰ ਸਕਦੇ ਹੋ ਡਾਊਨਲੋਡ ਤੇ ਇੰਸਟਾਲ ਜਿੰਦੇ ਉੱਪਰ ਤੁਹਾਨੂੰ ਸਾਰੇ ਕੋਰਸਿਸ ਜਿਹੜੇ ਆ ਉਹ ਲਾਈਵ ਮਿਲਣਗੇ ਲਾਈਵ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਜਿਹੜੀਆਂ ਆਪਣੀਆਂ ਕਲਾਸਾਂ ਹੁੰਦੀਆਂ ਨੇ ਆਪਣੀ ਐਪ ਦੇ ਉੱਪਰ ਤੁਸੀਂ ਜਾ ਕੇ ਬਹੁਤ ਹੀ ਵਾਜਿਬ ਰੇਟ ਦੇ ਵਿੱਚ ਕੀ ਹੈ ਕੋਰਸਿਸ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਔਰ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਪੰਜਾਬ ਪਟਵਾਰੀ ਤੇ ਐਂਟੀਟੀ ਦੀ ਤੁਸੀਂ ਬੁੱਕ ਵੀ ਮੰਗਵਾ ਸਕਦੇ ਹੋ ਸਿਰਫ 420 ਦੇ ਵਿੱਚ ਠੀਕ ਹੈ ਤਾਂ ਕਾਈ ਜੇਕਰ ਆਪਾਂ ਗੱਲ ਕਰੀਏ ਤਾਂ ਬਿਲਕੁਲ ਫ੍ਰੀ ਆਫ ਕੋਸਟ ਤੁਹਾਨੂੰ ਗਏ ਜਿਹੜੀ ਹੋਮ ਡਿਲੀਵਰੀ ਹੋਵੇਗੀ ਠੀਕ ਹੈ ਔਰ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਅਗਰ ਤੁਸੀਂ ਅੱਜ ਆਪਣੇ ਮਤਲਬ ਚੈਨਲ ਦੇ ਉੱਪਰ ਨਮੇ ਹੋ ਤਾਂ 9041043677 ਦੇ ਉੱਪਰ ਕਾਲ ਜਾਂ ਮੈਸੇਜ ਕਰ ਸਕਦੇ ਹੋ ਠੀਕ ਹੈ ਤਾਂ ਕਿ ਤੁਸੀਂ ਕੀ ਆਪਦੇ ਡਾਊਟ ਪੁੱਛ ਸਕੋ ਠੀਕ ਹੈ ਤੁਸੀਂ ਵਟਸਐਪ ਕਰ ਸਕਦੇ ਹੋ ਠੀਕ ਹੈ ਕਿਸੇ ਵੀ ਟਾਈਮ ਤੇ ਤਾਂ ਅੱਜ ਆਪਾਂ ਕਰਦੇ ਹਾਂ ਕਲਾਸ ਨੂੰ ਸਟਾਰਟ ਠੀਕ ਹੈ ਬਹੁਤ ਟਾਈਮ ਹੋ ਗਿਆ ਹੈ ਠੀਕ ਹੈ ਤਾਂ ਦੋਸਤੋ ਇਸ ਕਲਾਸ ਦੇ ਵਿੱਚ ਆਪਣੀ ਪੰਜਾਬ ਜੀਕੇ ਚੱਲ ਰਹੀ ਹੈ ਠੀਕ ਹੈ ਜੋ ਕਿ ਆਪਣੇ ਆਉਣ ਵਾਲੇ ਹਰ ਐਗਜ਼ਾਮ ਦੇ ਵਿੱਚ ਕਾਫੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਠੀਕ ਹੈ ਕਾਫੀ ਸਾਰੇ ਕੁਐਸਚਨ ਜਿਹੜੇ ਆ ਉਹ ਆਉਂਦੇ ਆ ਇਹਨਾਂ ਵਿੱਚੋਂ ਠੀਕ ਹੈ ਤਾਂ ਤੁਸੀਂ ਅਗਰ ਇਸ ਤੋਂ ਪਹਿਲਾਂ ਹੋ ਚੁੱਕੇ ਆ ਕਲਾਸਾਂ ਨਹੀਂ ਦੇਖੀਆਂ ਤਾਂ ਉਹ ਵੀ ਤੁਸੀਂ ਕੀ ਹੈ ਆਪਣੇ ਐਸੇ ਚੈਨਲ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਪਲੇਲਿਸਟ ਅਵੇਲੇਬਲ ਹੈਗੀ ਹੈ ਠੀਕ ਹੈ ਤਾ ਦੋਸਤੋ ਆਪਾਂ ਕਰਦੇ ਆਂ ਵਿਦਾਊਟ ਐਨੀ ਟਾਈਮ ਵੇਸਟ ਕਲਾਸ ਨੂੰ ਸਟਾਰਟ ਠੀਕ ਹੈ ਦੋਸਤੋ ਅਗਰ ਆਪਾਂ ਗੱਲ ਕਰੀਏ ਆਪਣਾ ਪਹਿਲਾ ਕੁਐਸਚਨ ਆ ਚੁੱਕਿਆ ਹੈ ਤੁਹਾਡੇ ਸਾਹਮਣੇ ਜਵਾਬ ਤੋਂ ਇਹਦਾ ਕੀ ਹੋਏਗਾ ਅਨਸਰ ਇੱਕ ਵਾਰੀ ਸੈਸ਼ਨ ਨੂੰ ਲਾਈਕ ਕਰ ਦਿਓ ਠੀਕ ਹੈ ਸਾਲੀਆਂ ਨੇ 116 ਜਣੇ ਤੁਸੀਂ ਕੀ ਹੈ ਲਾਈਵ ਹੋ ਚੁੱਕੇ ਹੋ ਠੀਕ ਹੈ ਬਟ ਜਿਹੜੇ ਲਾਈਕ ਹੈਗੇ ਉਹ ਸਿਰਫ 40 ਹੈ ਦੋਸਤੋ ਫਟਾਫਟ ਇਹਨੂੰ ਕੀ ਹੈ ਲਾਈਕ ਕਰ ਦਿਓ ਠੀਕ ਹੈ ਤਾਂ ਕਿ ਆਪਾਂ ਕਲਾਸ ਨੂੰ ਅੱਗੇ ਵਧਾ ਸਕੀਏ ਤੇ ਆਪਦੇ ਦੋਸਤ ਮਿੱਤਰਾਂ ਦੇ ਨਾਲ ਵੀ ਇਹਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਉਹ ਵੀ ਘਰ ਬੈਠ ਕੇ ਤਿਆਰੀ ਕਰ ਸਕਣ ਥੇਅਰ ਇਨ ਪੰਜਾਬ ਇਜ਼ ਸ਼ਵੇਤਾਂਬਰ ਜੈਨ ਟੈਂਪਲ ਸਟੇਟਿਡ ਠੀਕ ਹੈ ਸ਼ਵੇਤਾਂਬਰ ਜੈਨ ਮੰਦਿਰ ਜਿਹੜਾ ਉਹ ਪੰਜਾਬ ਦੇ ਵਿੱਚ ਕਿੱਥੇ ਹੈਗਾ ਇਹਦਾ ਆਪਣਾ ਜਵਾਬ ਕੀ ਆਏਗਾ ਹਾਂਜੀ ਬਹੁਤ ਵਧੀਆ ਅਨਸਰ ਜਿਹੜੇ ਹੈ ਉਹ ਠੀਕ ਆ ਰਹੀ ਹੈ ਠੀਕ ਹੈ ਤਾਂ ਗਾਈਜ਼ ਜੇਕਰ ਆਪਾਂ ਗੱਲ ਕਰੀਏ ਆਪਣੇ ਜਿਹੜੇ ਆਪਸ਼ਨ ਹੈਗੇ ਆ ਉਹ ਕਿਹੜੇ-ਕਿਹੜੇ ਐ ਜੀ ਦਾ ਨਕੋਦਰ ਅਬੋਹਰ ਜਾਂ ਫਿਰ ਮੁਕਸਰ ਠੀਕ ਹੈ ਇਹਦੇ ਵਿੱਚੋਂ ਆਪਣਾ ਕੀ ਅਨਸਰ ਆਏਗਾ काजल टोटा आंसर गलत है ठीक है ध्यान ਨਾਲ ਨਕੋਦਰ ਨਹੀਂ ਆਏਗਾ ਸੋਰੀ ਗਾਈਜ਼ ਠੀਕ ਹੈ ਜਿਨੇ ਜਨੇ ਨਕੋਦਰ ਲਗਾ ਰਿਹਾ ਹੈ غلط ਹੈ ਤਾਂ ਗਾਈਜ਼ ਇਹਦਾ ਆਪਣਾ ਆਨਸਰ ਆਏਗਾ ਧਿਆਨ ਨਾਲ ਨੋਟ ਕਰ ਲੋ ਇਹ ਇੱਕ ਜੈਨ ਟੈਂਪਲ ਹੈ ਠੀਕ ਹੈ ਜੀਰੇ ਦੇ ਵਿੱਚ ਠੀਕ ਹੈ অপਸ਼ਨ ਨੰਬਰ 1st ਇਜ਼ ਦਾ ਰਾਈਟ ਆਨਸਰ ਠੀਕ ਹੈ ਇੱਥੇ ਆਪਾਂ ਕੀ ਹੈ ਦੋਸਤੋ ਟੂ ਦਾ ਪੁਆਇੰਟ ਹੀ ਗੱਲ ਕਰਦੇ ਆਂ ਠੀਕ ਹੈ ਸ਼ਵੇਤੰਬਰ ਟੈਂਪਲ ਜਿਹੜਾ ਆਪਣਾ ਉਹ ਆਪਣਾ ਕਿਹੜਾ ਟੈਂਪਲ ਹੈ ਜੈਨ ਟੈਂਪਲ ਹੈ ਜੀਰੇ ਦੇ ਵਿੱਚ ਠੀਕ ਹੈ ਧਿਆਨ ਰੱਖਿਆ ਜੇ অপਸ਼ਨ ਨੰਬਰ 1st ਆਏਗਾ ਰਾਈਟ ਆਨਸਰ ਦੋਸਤੋ ਸੈਕਿੰਡ ਕੁਐਸਚਨ ਹੈਗਾ ਆਰਸੀ ਕੀ ਹੈ ਇੱਕ ਔਰਨਾਮੈਂਟ ਹੈ ਠੀਕ ਹੈ ਜੋ ਆਪਣੇ ਕੀ ਹੈ ਬੋਡੀ ਦੇ ਕਿਸ ਪਾਰਟ ਦੇ ਉੱਪਰ ਪਹਿਨਿਆ ਜਾਂਦਾ ਹੈ ਠੀਕ ਹੈ ਇਹਦਾ ਆਰਸੀ ਹੈ ਉਹ ਸਰੀਰ ਦੇ ਕਿਹੜੇ ਅੰਗ ਦਾ ਗਹਿਣਾ ਹੈ ਠੀਕ ਹੈ ਇੱਕ ਔਰਨਾਮੈਂਟ ਹੈ ਆਰਸੀ ਠੀਕ ਹੈ ਦੱਸੋ ਇਹਦਾ ਆਨਸਰ ਕੀ ਆਏਗਾ ਹੈਡ ਹੈਂਡ ਫੁੱਟ ਜਾਂ ਫਿਰ ਇਅਰ ਮਤਲਬ ਕਿ ਹੈਡ ਉੱਪਰ ਠੀਕ ਹੈ ਹੱਥ ਵਿੱਚ ਪੈਰ ਵਿੱਚ ਜਾਂ ਫਿਰ ਕੰਨ ਵਿੱਚ ਆਰਸੀ ਠੀਕ ਹੈ ਕਰਨ ਜੋਸ਼ੀ ਤੁਸੀਂ ਹੈਡ ਲਗਾ ਰਹੇ ਹੋ ਜੋ ਕਿ ਗਲਤ ਹੈ ਠੀਕ ਹੈ ਹੈਡ ਨਹੀਂ ਆਏਗਾ ਠੀਕ ਹੈ ਹਾਂਜੀ ਦੋਸਤੋ ਹਾਂਜੀ ਬਹੁਤ ਵਧੀਆ ਕਾਫੀ ਜਣੇ ਗਲਤ ਦੇ ਰਿਹਾ ਹੈ ਕੋਈ ਹੈਡ ਲਗਾ ਰਿਹਾ ਹੈ ਕੋਈ ਫੁੱਟ ਲਗਾ ਰਿਹਾ ਹੈ ਗਾਇਜ਼ ਜੇਕਰ ਆਪਾਂ ਗੱਲ ਕਰੀਏ ਤਾਂ ਆਪ ਤੁਸੀਂ ਸੁਣਿਆ ਹੋਏਗਾ ਕਿ ਹੱਥ ਕੰਗਣ ਨੂੰ ਆਰਸੀ ਕਿਹਾ ਤੇ ਪੜੇ ਲਿਖੇ ਨੂੰ ਫਾਰਸੀ ਕਿਹਾ ਹੈ ਨਾ ਤਾਂ ਹੱਥ ਵਿੱਚ ਆਏਗਾ ਠੀਕ ਹੈ ਹੈਂਡ ਆਏਗਾ ओके okay गाइस अगर अपन गल करिए ऑप्शन नंबर बी आएगा अपना राइट आंसर ठीक है ध्यान ਨਾਲ نوٹ ਕਰ लो हाथ आएगा ठीक है हाथ ਵਿੱਚ ਪੈਣੀ ਜਾਂਦੀ ਹੈ ਠੀਕ ਹੈ आरसी एक ये एक ऑर्नामेंट है ओके तो गाइस अगर अपन गल करिए अपना थर्ड क्वेश्चन लगा है कि व्हाट इज चूमर चूमर की चीज हैगी है ठीक है टोअर्ड अकॉर्डिंग चूमर जड़ा है वो इनन विचो की हो सकता है ਤੁਸੀਂ ਦੱਸੋ ਆਪਣਾ आंसर क्या होएगा ए डांस बाय वुमेन मतलब कि औरता द्वारा एक नाच है एक डांस है एंड ओल्ड वे ऑफ कल्टीवेशन ਮਤਲਬ ਕਿ ਕਲਟੀਵੇਸ਼ਨ ਤਾਂ ਇੱਕ ਪੁਰਾਣਾ ਤਰੀਕਾ ਹੈਗਾ ਇਹ ਡਾਂਸ ਬਾਈ men ਜਾਂ ਫਿਰ ਇੱਕ ਔਰਨਾਮੈਂਟ ਹੈਗਾ ਜੋ ਕਿ womenਸ ਪੈਂਦਿਆ ਨੇ ਹੈਡ ਉੱਪਰ ਠੀਕ ਹੈ ਇੰਦਾ ਆਪਣਾ ਆਨਸਰ ਕੀ ਆਏਗਾ ਦੇਖੋ ਧਿਆਨ ਨਾਲ ਪੜੋ ਇਹਨੂੰ ਝੂਮਰ ਕੀ ਹੈ ਇਹਨਾਂ ਵਿੱਚੋਂ ਹਾਂਜੀ ਤੀਸਰੇ ਦਾ ਆਪਣਾ ਆਨਸਰ ਕੀ ਆਏਗਾ ਸਾਰੇ ਜਣੇ ਉਸ ਨੰਬਰ A ਲਗਾ ਰਿਹਾ ਹੈ ਜੋ ਕਿ ਗਲਤ ਹੈਗਾ ਠੀਕ ਹੈ ਇਹੀ ਮੈਂ ਤੁਹਾਨੂੰ ਜਿਹੜਾ ਡਾਊਟ ਹੈ ਉਹ ਕਰਮਾ ਸੀ ਕਲੀਅਰ ਠੀਕ ਹੈ ਦੋਸਤੋ ਡਾਂਸ ਤਾਂ ਹੈਗਾ ਪਰ ਕਰਦਾ ਕੋਣ ਹੈ ਦੇਖੋ ਆਪਸ਼ਨ ਜਿਹੜਾ ਡਾਂਸ ਹੈਗਾ ਉਹ ਆਪਣਾ ਆਪਸ਼ਨ ਨੰਬਰ A ਤੇ C ਦੇ ਵਿੱਚ ਤੁਸੀਂ ਕਨਫਿਊਜ਼ ਹੋ ਸਕਦੇ ਹੋ ਤਾਂ ਧਿਆਨ ਨਾਲ ਕੁਐਸਚਨ ਨੂੰ ਦੇਖ ਕੇ ਫਿਰ ਕੁਐਸਚਨ ਦਾ ਜਵਾਬ ਦਿਓ ਠੀਕ ਹੈ ਹਾਂਜੀ ਬਹੁਤ ਵਧੀਆ ਗਾਇਜ਼ ਇਹਦੇ ਵਿੱਚ ਕੀ ਹੈ ਤੁਹਾਨੂੰ ਡਾਊਟ ਨਹੀਂ ਹੋਣਾ ਚਾਹੀਦਾ ਇਹ ਇੱਕ ਡਾਂਸ ਹੈਗਾ ਜੋ ਕਿ ਪੁਰਖਾਂ ਦੁਆਰਾ ਕੀਤਾ ਜਾਂਦਾ ਹੈ ਆਦਮੀਆਂ ਦੁਆਰਾ ਠੀਕ ਹੈ ਇਹ ਡਾਂਸ ਬਾਏ men ਨਾ ਕਿ women ਤੁਹਾਨੂੰ ਇਹ ਹੀ ਚੀਜ਼ ਕਰੇਗੀ ਐਗਜ਼ਾਮ ਦੇ ਵਿੱਚ ਕਨਫਿਊਜ਼ ਠੀਕ ਹੈ ਆਪਸ਼ਨ ਨੰਬਰ ਫਸਟ ਨਹੀਂ ਲਗਾ ਕੇ ਆਣਾ ਆਪਸ਼ਨ ਨੰਬਰ C ਆਏਗਾ ਰਾਈਟ ਆਨਸਰ ਆਪਣਾ a dance by man, मैन आदमियों द्वारा एक नाच ठीक है तो ध्यान रखा जे दोस्तों अगर आप गल करिए एक बहुत ही ज़्यादा मतलब ओल्ड इमेज लैके आए हैं तो सामने नाइनटीन फोर्टन की इमेज हैगी है वाली ठीक है जो कि है झूमर डांस कर रही है कुछ मैन क्योंकि आ, मतलब कि आज़ादी के दिहाड़े के उपर ठीक है नाइनटीन फोर्टी सैवन दी फोटो दोस्तों झूमर आप तरह भी पा सकते हैं या फिर इस तरह भी एक ही है दोस्तों एक फॉर्म ऑफ म्यूजिक एंड डांस है ठीक है जो कि है ਮੁਲਤਾਨ ਅਤੇ بلوچستان ਦੇ ਜਗਰ ਦੇ ਵਿੱਚ ਕੀ ਹੈ ਮਤਲਬ ਕਿ ਜਿਆਦਾ ਫਾਰਮਲੀ ਮਤਲਬ ਹੈ ਕਿਤਾ ਜਾਂਦਾ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਆਪਣਾ ਐਗਜ਼ਾਮ ਦੇ ਵਿੱਚ ਕਾਫੀ ਬੜੀਏ ਕੁਐਸਚਨ ਆਂਦਾ ਹੁੰਦਾ ਹੈ ਕਿ ਸੰਦਲ ਬਾੜ ਠੀਕ ਹੈ ਜਿਹੜਾ ਚੁਮਰ ਡਾਂਸ ਹੈ ਉਹ ਕਿਸ ਏਰੀਆ ਵਿੱਚ ਹੁੰਦਾ ਹੈ ਪੰਜਾਬ ਦੇ ਉਹ ਹੈ ਸੰਦਲ ਬਾੜ ਠੀਕ ਹੈ ਧਿਆਨ ਰੱਖਿਆ ਜੇ ਇਹ ਬਹੁਤ ਵਾਰ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਤਾਂ ਗਾਈਜ਼ ਬਾਕੀ ਚੀਜ਼ਾਂ ਆਪਣੇ ਲਈ ਇੰਨੀ ਜਿਆਦਾ ਇੰਪੋਰਟੈਂਟ ਹੈ ਨਹੀਂ ਗਿਆ ਠੀਕ ਹੈ ਆਪਾਂ ਸਿਰਫ ਇਹ ਨਹੀਂ ਪੁੱਛਿਆ ਜਾਏਗਾ ਕਿ ਇਹ ਕਿੱਥੇ ਕੀਤਾ ਜਾਂਦਾ ਹੈ ਆਪਣਾ ਆਨਸਰ ਆਏਗਾ ਸੰਦਲ ਬਾੜ ਤੇ ਇਹ ਦੋਸਤੋ मतलब कि आप कह सकते हैं कि आदमियों द्वारा किया जाता है ठीक है ना कि द्वारा ओके तो आप चलते हाँ दोस्तों फोर्थ क्वेश्चन बहुत इंपोर्टेंट है अज्जा की है दोस्तों तीन चार क्वेश्चन योजे करा कि मतलब कि आपसन करा जो कि मतलब किस फील्ड तो बिलोंग करते हैं ना उस तरह के क्वेश्चन इंपोर्टेंट प्लेसिस इंपोर्टेंट परसन एंड देयर फील्ड्स जसवंत सिंह कंवल दोस्तों इज़ वैल नोन फॉर हीज ठीक है ਜਸਵੰਤ ਸਿੰਘ ਕਵਲ ਜਿਹੜੇ ਆ ਉਹ ਇਹਨਾਂ ਵਿੱਚੋਂ ਕਿਸ ਫੀਲਡ ਤੋਂ ਬਿਲੋਂਗ ਕਰਦੇ ਸਿਗੇ ਠੀਕ ਹੈ ਉਹ ਨੋਵਲਿਸਟ ਸੀਗੇ ਮਤਲਬ ਕਿ ਨੋਵਲ ਲਿਖਦੇ ਸਿਗੇ ਠੀਕ ਹੈ ਸ਼ਾਰਟ ਸਟੋਰੀਜ਼ ਲਿਖਦੇ ਸਿਗੇ ਪੋਇਮਸ ਲਿਖਦੇ ਸੀ ਜਾਂ ਫਿਰ ਪਲੇਸ ਲਿਖਦੇ ਸਿਗੇ ਮਤਲਬ ਕਿ ਪਲੇ ਲਿਖਦੇ ਸੀ ਠੀਕ ਹੈ ਫੋਰਥ ਦਾ ਆਪਣਾ ਆਨਸਰ ਕੀ ਆਏਗਾ ਦੋਸਤੋ ਫੋਰਥ ਦਾ ਆਪਣਾ ਆਨਸਰ ਆਏਗਾ ਹਾਂਜੀ ਬਹੁਤ ਵਧੀਆ ਸਾੜਿਆਂ ਨੇ ਆਨਸਰ ਦੇ ਰਹੇ ਆ ਕਵੈਸ਼ਨ ਨੰਬਰ ਨਾਲ ਪਾਇਆ ਕਰੋ ਤੁਸੀਂ ਕਿਹੜਾ ਆਪਣਾ ਫੋਰਥ ਦਾ ਆਨਸਰ ਦੇ ਰਹੇ ਹੋ ਕਿ ਪੰਜਵੇਂ ਦਾ ਆਨਸਰ ਦੇ ਰਹੇ ਹੋ ਕਿ ਤੀਸਰੇ ਦਾ ਆਨਸਰ ਦੇ ਰਹੇ ਹੋ ਠੀਕ ਹੈ ਫੋਰਥ ਆਪਣਾ ਦੋਸਤੋ ਆਨਸਰ ਬੀ ਨਹੀਂ ਆਏਗਾ ਪਲਵਿੰਦਰ ਪਿੰਡੂ ਤੁਹਾਡਾ ਆਨਸਰ ਗਲਤ ਹੈ ਹਾਂਜੀ ਬਹੁਤ ਵਧੀਆ ਗਾਇਸ ਅਗਰ ਆਪਾਂ ਗੱਲ ਕਰੀਏ ਜਸਵੰਤ ਸਿੰਘ ਕਮਲਦਾ ਨਾਮ ਧਿਆਨ ਨਾਲ ਦੇਖ ਲਓ ਆਪਣਾ ਆਨਸਰ ਆਏਗਾ ਨੋਵਲਸ ਠੀਕ ਹੈ ਦੋਸਤੋ ਇੱਕ ਇਹ ਨੋਵਲ ਲਿਖਦੇ ਸੀਗੇ ਇੱਕ ਨੋਵਲਿਸਟ ਸੀਗੇ ਠੀਕ ਹੈ ਆਪਸ਼ਨ ਨੰਬਰ ਫਸਟ ਆਏਗਾ ਐਸਟਰਾ ਦੇ ਕੁਐਸਚਨ ਜਿਹੜੇ ਹਨ ਉਹ ਆਪਣੇ ਪੰਜਾਬ ਐਗਜ਼ਾਮ ਦੇ ਵਿੱਚ ਜਿਹੜੇ ਹੈ ਉਹ ਬਹੁਤ ਵਾਰੀ ਪੁੱਛੇ ਜਾਂਦੇ ਆ ਠੀਕ ਹੈ ਤਾਂ ਐਵਰਗ੍ਰੀਨ ਕੁਐਸਚਨ ਹੈਗੇ ਆ ਇਹ ਸਾਰੇ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਜਸਵੰਤ ਸਿੰਘ ਕਮਲ ਜੀ ਦੁਆਰਾ ਆਪਣਾ ਮਤਲਬ ਹੋਰ ਕਿਹੜਾ ਕੁਐਸਚਨ ਆ ਸਕਦਾ ਹੈ ਦੋਸਤੋ ਇਹ ਕੀ ਹੈ ਇੱਕ ਇੰਡੀਅਨ ਨੋਵਲਿਸਟ ਸੀਗੇ ਠੀਕ ਹੈ ਵੈਸੇ ਮਤਲਬ ਕੀ ਹੈ ਇਹ ਸ਼ਾਰਟ ਸਟੋਰੀ ਵੀ ਲਿਖਦੇ ਸੀਗੇ ਠੀਕ ਹੈ ਤੇ ਐਸੇਜ਼ ਵਗੈਰਾ ਵੀ ਲਿਖਦੇ ਸੀਗੇ ਬਟ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਵੈਲ ਨੋਨ ਪੁੱਛਿਆ ਸੀਗਾ ਮਤਲਬ ਕਿ ਕਿਸ ਦੇ ਵਾਸਤੇ ਜਾਣੇ ਜਾਂਦੇ ਹੈ ਠੀਕ ਹੈ ਮੈਨੂੰ ਪਤਾ ਹੈ ਕੁਝ ਕੁਝ ਲੋਕ ਕੀ ਹੈ ਜਾਣ ਬੁਝ ਕੇ ਮਤਲਬ ਕਿ ਸ਼ਾਰਟ ਸਟੋਰੀਜ਼ ਵੀ ਲਗਾ ਕੇ ਆਣਗੇ ਆਨਸਰ ਗਾਇਜ਼ ਦੇਖੋ ਕੁਐਸਚਨ ਦਾ ਪੁੱਛਣ ਦਾ ਇੱਕ ਟੰਗ ਹੁੰਦਾ ਹੈ ਠੀਕ ਹੈ ਕੁਐਸਚਨ ਨੂੰ ਤੁਸੀਂ ਦੋ ਵਾਰੀ ਪੜਿਆ ਕਰੋ ਇਹ ਤੇ ਪੁੱਛਿਆ ਕਿ ਉਹ ਕਿਸ ਵਾਸਤੇ ਜਾਣੇ ਜਾਂਦੇ ਸੀਗੇ ਠੀਕ ਹੈ ਉਹ ਸ਼ਾਰਟ ਸਟੋਰੀਜ਼ ਲਿਖਦੇ ਸੀਗੇ ਬਟ ਅਗਰ ਆਪਾਂ ਗੱਲ ਕਰੀਏ ਉਹਨਾਂ ਦੇ ਜਿਹੜੇ ਨੋਵਲ ਹੈਗੇ ਆ ਉਹ ਬਹੁਤ ਜ਼ਿਆਦਾ ਫੇਮਸ ਸੀਗੇ ਠੀਕ ਹੈ ਤਾਂ ਕਰਕੇ ਉਹ ਜਾਣੇ ਜਾਂਦੇ ਸੀ ਨੋਵਲਿਸਟ ਕਰਕੇ ਠੀਕ ਹੈ ਤਾਂ ਇਸ ਵਿੱਚ ਫਰਕ ਹੈਗਾ ਓਕੇ ਦੋਸਤੋ ਉਹ ਕੀ ਹੈ ਮੋਗਾ ਡਿਸਟ੍ਰਿਕਟ ਪੰਜਾਬ ਤੋਂ ਬਿਲੋਂਗ ਕਰਦੇ ਸੀਗੇ ਇਹ ਤੁਹਾਨੂੰ ਕੁਐਸਚਨ ਆ ਸਕਦਾ ਹੈ ਠੀਕ ਹੈ ਬਾਕੀ ਕੁਝ ਵੀ ਇੰਨਾ ਇੰਪੋਰਟੈਂਟ ਨਹੀਂ ਹੈਗਾ ਠੀਕ ਹੈ ਤਾਂ ਆਪਾਂ ਦੋਸਤੋ ਅੱਗੇ ਚੱਲਦੇ ਹਾਂ ਆਪਣਾ ਦਾ ਨੇਮ ਆਫ ਸੋਭਾ ਸਿੰਘ ਇਜ਼ ਅਸੋਸੀਏਟਿਡ ਵਿਦ ਦੋਸਤੋ ਸੋਪਾ ਸਿੰਘ ਦੀ ਗੱਲ ਹੋ ਰਹੀ ਹੈ ਸੋਪਾ ਸਿੰਘ ਜੀ ਦੀ ਗੱਲ ਹੋ ਰਹੀ ਹੈ ਕਿ ਉਹ ਇਹਨਾਂ ਵਿੱਚੋਂ ਕਿਸ ਫੀਲਡ ਤੋਂ ਬਿਲੋਂਗ ਕਰਦੇ ਸੀਗੇ 뮤직, ਥੀਏਟਰ, ਪੇਂਟਿੰਗ ਜਾਂ ਫਿਰ ਸਕਲਪਚਰ ਸਕਲਪਚਰ ਮਤਲਬ ਹੁੰਦਾ ਦੋਸਤੋ ਕਿ ਮੂਰਤੀ ਕਲਾ ਹੈ ਨਾ ਜਿਹੜੇ ਮਤਲਬ ਮੂਰਤੀਆਂ ਵਗੈਰਾ ਬਣਾਉਂਦੇ ਆ ਹਨਾ ਉਹ ਹੁੰਦੀ ਹੈ ਸਕਲਪਚਰ ਤਾਂ ਆਪਣਾ ਆਨਸਰ ਕੀ ਆਏਗਾ ਇਹਦੇ ਵਿੱਚੋਂ ਸੋਪਾ ਸਿੰਘ ਤੁਸੀਂ ਦੋਸਤੋ ਬਹੁਤ ਇੰਪੋਰਟੈਂਟ ਨਾਮ ਹੈਗਾ ਹੈ ਕਾਫੀ ਵੱਡੀ ਇਹਦੇ ਵਿੱਚੋਂ ਮੈਂ ਕੁਐਸਚਨ ਦੇਖਿਆ ਵੀ ਹੋਇਆ ਹੈ ਪੀਪੀਐਸਸੀ ਨੇ ਵੀ ਇੱਕ ਵਾਰ ਇਹ ਕੁਐਸਚਨ ਜਿਹੜਾ ਹੈ ਉਹ ਪੁੱਛਿਆ ਸੀਗਾ ਠੀਕ ਹੈ ਹਾਂਜੀ ਬਹੁਤ ਵਧੀਆ ਸਾਡਾ ਦਾ ਅਨਸਰ ਜਿਹੜਾ ਹੈ ਉਹ ਠੀਕ ਆ ਰਿਹਾ ਹੈ ਪੇਂਟਿੰਗ ਦੇ ਸਪੈਲਿੰਗ ਸਹੀ ਪਾਓ ਠੀਕ ਹੈ ਪੀ ਐਨ ਨਹੀਂ ਆਏਗਾ ਪੀ ਆ ਆਈ ਐਨ ਆਏਗਾ ਤਾਂ ਦੋਸਤੋ ਜੇ ਅਗਰ ਆਪਾਂ ਗੱਲ ਕਰੀਏ ਤਾਂ ਆਪਣਾ ਅਨਸਰ ਆਏਗਾ অপਸ਼ਨ ਨੰਬਰ ਸੀ ਪੇਂਟਿੰਗ ਨਾਲ ਬਿਲੋਂਗ ਕਰਦੇ ਸੀਗੇ ਸੋਭਾ ਸਿੰਘ ਠੀਕ ਹੈ ਧਿਆਨ ਰੱਖਿਆ ਜੇ ਗਾਇਜ਼ ਠੀਕ ਹੈ ਹੁਣ ਦੇਖੋ ਆਪਾਂ ਨੂੰ ਯਾਦ ਕਿਵੇਂ ਕਰ ਸਕਦੇ ਆ ਕਿ ਸਾਡੇ ਘਰੇ ਇੱਕ ਨਾ ਬਹੁਤ ਹੀ ਸੋਹਣੀ ਪੇਂਟਿੰਗ ਬਣੀ ਹੋਈ ਹੈ ਜੋ ਸਾਡੇ ਘਰ ਦੀ ਸੋਭਾ ਨੂੰ ਵਧਾ ਦਿੰਦੀ ਹੈ ਹਨਾ ਇਹ ਆਪਣੀ ਇੱਕ ਛੋਟੀ ਜੀ ਸ਼ਾਰਟਕ ਬਣ ਸਕਦੀ ਹੈ ਜਿਨ੍ਹਾਂ ਦਾ ਆਨਸਰ ਇਹ ਗਲਤ ਹੋਇਆ ਹੈ ਠੀਕ ਹੈ ਤਾਂ ਆਈ ਹੋਪ ਤੁਹਾਨੂੰ ਇਹ ਸ਼ਾਰਟਕ ਵੀ ਸਮਝ ਆ ਗਈ ਹੋਣੀ ਹੈ ਮੈਂ ਤੁਹਾਨੂੰ ਹੁਣੇ ਕੀ ਬੋਲਿਆ ਹਾਂ ਠੀਕ ਹੈ ਤਾਂ ਆਪਸ਼ਨ ਨੰਬਰ ਸੀ ਆਏਗਾ ਆਪਣਾ ਰਾਈਟ ਆਨਸਰ ਪੇਂਟਿੰਗ ਇਜ਼ ਦਾ ਕੁਡੈਟ ਆਨਸਰ ਠੀਕ ਹੈ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਮੋਸਟਲੀ ਜਿਹੜੀਆਂ ਆਪਣੀਆਂ ਪੇਂਟਿੰਗ ਹੈ ਉਹ ਕੀ ਹੈ ਸਿੱਖ ਗੁਰੂਸ ਦੇ ਨਾਲ ਸੰਬੰਧਿਤ ਬਣਾਈਆਂ ਨੇ ਠੀਕ ਹੈ ਸਾਰੀਆਂ ਦੋਸਤੋ ਅਗਰ ਆਪਾਂ ਗੱਲ ਕਰੀਏ ਤਾਂ ਅਗਰ ਆਪਾਂ ਗੱਲ ਕਰੀਏ ਆਪਣੇ ਕਿਹੜੇ-ਕਿਹੜੇ ਸੀਗੇ ਗੁਰਨਾਣੇ ਦੇਵ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਜਿਹੜੀਆਂ ਨੇ ਪੇਂਟਿੰਗ ਹੈ ਉਹ ਮੇਨਲੀ ਆਪਣੇ ਸੋਭਾ ਸਿੰਘ ਜੀ ਨੇ ਬਣਾਈ ਹੈ ਠੀਕ ਹੈ ਦਾ ਪੋਰਟਰੇਟ ਹੀ ਮੇਡ ਇਨ ਆਨਰ ਆਫ ਦਾ 500 ਬਰਥ ਐਨੀਵਰਸਰੀ ਆਫ ਗੁਰੂ ਨਾਨਕ ਇਨ 1969 ਇਜ਼ ਦਾ ਵਨ ਮੋਸਟ ਪੀਪਲ ਬਲੀਵ ਟੂ ਬੀ ਦਾ ਫੇਸੇਜ ਆਫ ਗੁਰੂ ਨਾਨਕ ਠੀਕ ਹੈ ਤਾਂ ਬਾਕੀ ਆਪਣੇ ਲਈ ਮਤਲਬ ਇੰਨਾ ਜ਼ਿਆਦਾ ਹੈ ਨਹੀਂਗਾ ਇੰਪੋਰਟੈਂਟ ਠੀਕ ਹੈ ਤੁਸੀਂ ਬਸ ਸਿਰਫ ਉਹੀ ਧਿਆਨ ਰੱਖਿਆ ਜੀ ਓਕੇ ਕਿ ਸੋਭਾ ਸਿੰਘ ਜਿਹੜਿਆ ਉਹ ਆਪਣੇ ਪੇਂਟਿੰਗ ਨਾਲ ਸੰਬੰਧਿਤ ਹੈਗੇ ਆ ਠੀਕ ਹੈ ਅਗਲਾ ਆਪਣਾ ਕੁਐਸਚਨ ਦੋਸਤੋ ਆ ਗਿਆ ਇੱਕ ਆਪਣੇ ਨਵੇਂ ਪਰਸਨ ਹੈਗੇ ਆ ਨੀਲਮ ਮਾਨ ਸਿੰਘ ਠੀਕ ਹੈ ਨੀਲਮ ਮਾਨ ਸਿੰਘ ਜਿਹੜੇ ਆ ਦੋਸਤੋ ਉਹਨਾਂ ਦਾ ਨਾਮ ਜਿਹੜਾ ਹੈ ਉਹ ਇਹਨਾਂ ਵਿੱਚੋਂ ਕਿਸ ਫੀਲਡ ਦੇ ਨਾਲ ਜੁੜਿਆ ਹੋਇਆ ਹੈ ਠੀਕ ਹੈ ਕੁਐਸਚਨ ਨੂੰ ਦੋ ਵਾਰੀ ਪੜਿਆ ਕਰੋ ਚਾਹੇ ਕਿੰਨਾ ਵੀ ਕੁਐਸਚਨ ਜਿਹੜਾ ਹੈ ਉਹ ਈਜ਼ੀ ਹੋਵੇ ਠੀਕ ਹੈ ਕੁਐਸਚਨ ਨੂੰ ਮਤਲਬ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੁਐਸਚਨ ਦੇ ਵਿੱਚ ਪੁੱਛਿਆ ਕੀ ਜਾ ਰਿਹਾ ਹੈ ਠੀਕ ਹੈ ਬਹੁਤ ਜ਼ਿਆਦਾ ਮੈਂ ਦੇਖਿਆ ਇਹੋ ਜਿਹੇ ਸਟੂਡੈਂਟ ਹੁੰਦੇ ਆ ਜੋ ਕਿ ਫਟਾਫਟ ਕੁਐਸਚਨ ਪੜ੍ਹਦੇ ਆ ਮੋਟੀ ਮੋਟੀ ਲਾਈਨ ਪੜ੍ਹ ਲੈਂਦੇ ਆ ਤੇ ਜਵਾਬ ਦੇ ਦਿੰਦੇ ਆ ਫਟਾਫਟ ਠੀਕ ਹੈ ਤਾਂ ਦੋਸਤੋ ਟੈਨਲ ਕੁਐਸਚਨ ਨੂੰ ਪੜਿਆ ਕਰੋ ਫਿਰ ਜਵਾਬ ਦਿਆ ਕਰੋ ਆਪਣਾ ਕੁਐਸਚਨ ਹੈਗਾ ਕਿ ਨੀਲਮ ਮਾਨ ਸਿੰਘ ਦਾ ਨਾਮ ਇਹਨਾਂ ਵਿੱਚੋਂ ਕਿਸ ਦੇ ਨਾਲ ਜੁੜਿਆ ਹੋਇਆ ਹੈ ਥੀਏਟਰ 뮤직 ਪੇਂਟਿੰਗ ਜਾਂ ਫਿਰ ਡਾਂਸਿੰਗ ਹੁਣ ਤੁਹਾਡੀ ਕੀ ਹੈ ਥੋੜੀ ਜੀ ਕਨਫਿਊਜ਼ਨ ਜਿਹੜੀ ਹੈ ਉਹ ਵੱਧ ਜਾਏਗੀ ਕਿਉਂਕਿ ਕੁਐਸਚਨ ਜਿਹੜੇ ਆ ਉਹ 3-4 ਇੱਕੋ ਵਰਗੇ ਆ ਗਏ ਹੈ ਠੀਕ ਹੈ ਜਿਹਨੂੰ ਤਾਂ ਨੋਲੇਜ ਕਾਫੀ ਹੈਗੀ ਹੈ ਉਹਨਾਂ ਵਾਸਤੇ ਤਾਂ ਬਹੁਤ ਈਜ਼ੀ ਹੈ ਠੀਕ ਹੈ ਤਾਂ ਹਾਂਜੀ ਬਹੁਤ ਵਧੀਆ ਆਨਸਰ ਆ ਰਹੇ ਹੈ ਦੋਸਤੋ ਅਗਰ ਆਪਾਂ ਗੱਲ ਕਰੀਏ ਨੀਲਮ ਮਾਨ ਸਿੰਘ ਜਿਹੜੇ ਹੈ ਉਹ ਹੈਗੇ ਆ ਆਪਣੇ ਥੀਏਟਰ ਨਾਲ ਸੰਬੰਧਿਤ ਠੀਕ ਹੈ অপশন নাম্বার ফার্স্ট आएगा थिएटर ਦੇ ਨਾਲ ਕੀ ਹੈ ਸਬੰਧਿਤ ਹੈਗੇ ਆਪਣੇ ਨੀਲਮ ਮਾਨ ਸਿੰਘ ਜੀ ਠੀਕ ਹੈ ਧਿਆਨ ਰੱਖਿਆ ਜੇ অপশন নাম্বার ফার্স্ট ਆਏਗਾ ਠੀਕ ਹੈ ਤਾਂ ਅਗਰ ਆਪਾਂ ਗੱਲ ਕਰੀਏ ਦੋਸਤੋ ਅਗਲਾ ਕੁਐਸਚਨ ਆਪਣਾ ਕਿ ਵਿਚ ਡਾਂਸ ਇਜ਼ ਪਰਫਾਰਮਡ ਓਨਲੀ ਬਾਈ ਫੀਮੇਲਸ ਇਹਨਾਂ ਵਿੱਚੋਂ ਕਿਹੜਾ ਇਹੋ ਜਿਹਾ ਡਾਂਸ ਹੈ ਜੋ ਕਿ ਸਿਰਫ ਔਰਤਾਂ ਕਰਦੀਆਂ ਨੇ ਠੀਕ ਹੈ ਸਿਰਫ ਔਰਤਾਂ ਦੁਆਰਾ ਪਰਫਾਰਮ ਕੀਤਾ ਹੋਇਆ ਇਹਨਾਂ ਵਿੱਚੋਂ ਕਿਹੜਾ ਡਾਂਸ ਹੈਗਾ ਹੈ ਝੂਲੀ ਝੂਮਰ ਸੰਮੀ ਤੇ ਲੁੱਡੀ ਗਾਈਜ਼ ਦੇਖੋ ਉੱਪਰ ਆ ਪਾਂਚ ਝੁੰਮਰ ਹੋਣੇ ਪਿੱਛੇ ਪੜ ਕੇ ਹਟੇ ਸੀਗੇ ਉਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜਾ ਉਹ ਮੈਨਸ ਲੋਕ ਕਰਦੇ ਆ ਮਤਲਬ ਕਿ ਆਪਣੇ ਮਤਲਬ ਆਦਮੀ ਕਰਦੇ ਆ ਹੈਨਾ ਵੂਮਨਸ ਤਾਂ ਨਹੀਂ ਕਰਦੇ ਇਸ ਕਰਕੇ ਆਪਾਂ ਕੀ ਹੈ ਹੁਣ ਦੇਖੋ ਇਸ ਤਰ੍ਹਾਂ ਨੋਲੇਜ ਵਧਦੀ ਹੈ ਆਪਣੀ ਜਿਹੜਾ ਝੁੰਮਰ ਹੈ ਦੋਸਤੋ ਉਹ ਆਪਣਾ ਕੀ ਹੈ ਐਲੀਮੀਨੇਟ ਹੋ ਗਿਆ ਠੀਕ ਹੈ ਆਪਣੇ ਬਾਕੀ ਤਿੰਨ ਰਹਿ ਗਏ ਝੂਲੀ ਸੰਮੀ ਤੇ ਲੁੱਡੀ ਠੀਕ ਹੈ ਤਾਂ ਆਪਣਾ ਦੋਸਤੋ ਸਾਰਾ ਦਾ ਆਨਸਰ ਜਿਹੜਾ ਹੈ ਉਹ ਠੀਕ ਕਰਿਆ ਹੈ ਬਹੁਤ ਵਧੀਆ ਵੈਰੀ ਗੁੱਡ ਦੋਸਤੋ ਇਹਦਾ ਆਨਸਰ ਆਏਗਾ ਆਪਣਾ ਸੰਮੀ ਠੀਕ ਹੈ ਆਪਸ਼ਨ ਨੰਬਰ ਸੀ ਆਏਗਾ ਓਕੇ ਸੰਮੀ ਜਿਹੜਾ ਹੈ ਦੋਸਤੋ ਉਹ ਕੀ ਹੈ ਫੀਮੇਲਸ ਦੁਆਰਾ ਜਿਹੜਾ ਹੈ ਉਹ ਸਿਰਫ ਪਰਫਾਰਮ ਕੀਤਾ ਜਾਂਦਾ ਹੈ ਠੀਕ ਹੈ ਧਿਆਨ ਰੱਖਿਆ ਜੀ ਠੀਕ ਹੈ ਤਾਂ ਇਹਨੂੰ ਦੋਸਤੋ ਯਾਦ ਕਰਨ ਦਾ ਮਤਲਬ ਸੌਖਾ ਤਰੀਕਾ ਕੀ ਹੈਗਾ ਸੰਮੀ ਨੂੰ ਤੁਸੀਂ ਕੀ ਹੈ ਇਮੇਜਿਨ ਕਰੋ ਆਪਦੇ ਮੰਮੀ ਨਾਲ ਠੀਕ ਹੈ ਹੁਣ ਤੁਹਾਡੀ ਮੰਮੀ ਕੀ ਹੈ ਫੀਮੇਲ ਹੈ ਤਾਂ ਤੁਹਾਨੂੰ ਹਮੇਸ਼ਾ ਕੀ ਹੈ ਯਾਦ ਰਹੇਗਾ ਓਕੇ ਤਾਂ ਅਗਰ ਆਪਾਂ ਦੋਸਤੋ ਗੱਲ ਕਰੀਏ ਇਹ ਤੁਹਾਡੇ ਸਾਹਮਣੇ ਇਮੇਜ ਹੈਗੀ ਹੈ ਠੀਕ ਹੈ ਸੰਮੀ ਇਸ ਦੇ ਟ੍ਰੈਡੀਸ਼ਨਲ ਡਾਂਸ ਫਾਰਮ originating from the tribal communities of punjab the dance is popular in the sandalbal area of punjab pakistan wala punjab theek hai dhyan rakhiye je theek hai sandalbal area hai ga pakistan punjab de vich jithe ki hai jehra sammi dance hai oh mainly jehra perform kita janda hai theek hai ta agge da pa dosto gall kariye dhyan rakhiye je sammi apna answer hai ga perform dwara ਵੂਮਨਸ ਦੁਆਰਾ ਪਰਫਾਰਮ ਕੀਤਾ ਜਾਂਦਾ ਹੈ ਠੀਕ ਹੈ ਸੰਦਲਬਾਰ ਪਾਕਿਸਤਾਨ ਦੋਸਤੋ ਆਪਣਾ 8ਵਾਂ ਕੁਐਸਚਨ ਅਗਾਇ ਹੈ ਕਿ ਹੂ ਇਜ਼ ਦਾ ਫਰਸਟ ਨੋਵਲਿਸਟ ਟੂ ਗੈਟ ਦਾ ਜੀਨਨਪਿਤ ਅਵਾਰਡ ਠੀਕ ਹੈ ਥੋੜੇ ਸਪੈਲਿੰਗ ਗਲਤ ਹੋ ਗਏ ਇੱਥੇ ਵੀ ਆਪਣਾ ਐਨ ਹੀ ਆਏਗਾ ਠੀਕ ਹੈ ਦੋਸਤੋ ਜੀਨਨਪਿਤ ਅਵਾਰਡ ਕਿਸ ਪਹਿਲੇ ਨੋਵਲਿਸਟ ਨੂੰ ਮਿਲਿਆ ਸੀਗਾ ਇਹਨਾਂ ਵਿੱਚੋਂ ਨਾਨਕ ਸਿੰਘ ਜੀ ਗੁਰਦਿਆਲ ਸਿੰਘ ਨਾਨਕ ਦੁੱਗਲ ਗੁਰਦਿਆਲ ਦੁੱਗਲ ਦੇਖੋ ਕਿੰਨੇ ਜ਼ਿਆਦਾ ਜਿਹੜੇ ਆਪਣੇ ਕੁਐਸਚਨ ਹੈ ਆ ਸੋਰੀ ਜਿਹੜੇ ਆਪਣੇ অপਸ਼ਨ ਹੈ ਉਹ কনফিউশন ਵਾਲੇ ਹੈ। اگر ਕਿਸੇ ਨੂੰ ਨੌਲੇਜ ਜਿਹੜੀ ਹੈ ਉਹ ਘਟ ਹੈ ਤਾਂ ਉਹ ਇੱਥੇ ਕੀ ਆ ਕੇ ਫਸ ਜਾਏਗਾ। ਠੀਕ ਹੈ। ਦੱਸੋ ਇਹਦਾ ਆਪਣਾ ਜਵਾਬ। ਹਾਂਜੀ ਬਹੁਤ ਵਧੀਆ। ਅਨਸਰ ਤਾਂ ਸਾਰਿਆਂ ਦੇ ਠੀਕ ਆ ਰਿਹਾ। ਆ ਦੇਖੋ। ਕੱਲਾ ਗੁਰਦਿਆਲ ਨਹੀਂ ਦੇਣਾ। ਗੁਰਦਿਆਲ ਤਾਂ B ਤੇ D ਦੋਵਾਂ ਦੇ ਵਿੱਚ ਹੈਗਾ। ਠੀਕ ਹੈ। ਦੱਸੋ ਕਿਹੜਾ ਗੁਰਦਿਆਲ ਆਏਗਾ? ਕੱਲਾ ਗੁਰਦਿਆਲ ਨਹੀਂ ਬੋਲਣਾ। ਸੁਪ੍ਰਿਤ ਕੋਰ ਪੂਰਾ ਨਾਮ ਲਿਖੋ। ਕੀ ਆਏਗਾ? ਗੁਰਦਿਆਲ ਤਾਂ ਦੋਵੇਂ ਪਾਸੇ ਹੈ। ਹਾਂਜੀ ਬਹੁਤ ਵਧੀਆ। ਦੋਸਤੋ ਗੁਰਦਿਆਲ ਸਿੰਘ ਆਏਗਾ ਠੀਕ ਹੈ ਗੁਰਦਿਆਲ ਦੁੱਗਲ ਨਹੀਂ ਆਏਗਾ ਹੁਣ ਦੇਖੋ ਇੱਥੇ ਕੀ ਹੈ ਉਹ ਵੱਲੇ ਜਿਹੜੇ ਬੱਚੇ ਹੈਗੇ ਆ ਉਹ ਆਪਣੇ ਆਕੇ ਇੱਥੇ ਫਸ ਜਾਣਗੇ ਜਿਹੜੇ ਕਾਲੀ ਮਚਾਉਂਦੇ ਆ ਉਹ ਫਟਾਫਟ ਦੇਖਣਗੇ ਡੀ ਵਿੱਚ ਗੁਰਦਿਆਲ ਹੈਗਾ ਚੱਕਰ ਕਰਕੇ ਲਗਾ ਕੇ ਆ ਜਾਣਗੇ ਠੀਕ ਹੈ ਤਾਂ ਕਰਕੇ ਆਪਣਾ ਦੋਸਤੋ ਗੁਰਦਿਆਲ ਦੁੱਗਲ ਨਹੀਂ ਆਏਗਾ ਗੁਰਦਿਆਲ ਸਿੰਘ ਆਏਗਾ ਤੁਹਾਨੂੰ ਕੀ ਹੈ ਐਗਜ਼ਾਮੀਨਰ ਜਾਣ ਬੂਝ ਕੇ ਕਨਫਿਊਜ਼ ਕਰਨ ਵਾਸਤੇ ਇਸ ਤਰ੍ਹਾਂ ਆਪਸ਼ਨ ਹੀ ਪਾਏਗਾ ਜਦੋਂ ਵੀ ਐਗਜ਼ਾਮ ਜਿਹੜਾ ਹੈ ਉਹ ਸੋਖਾ ਆਵੇ ਨਾ ਅਕਸਰ ਹੁੰਦੇ ਜਿਹੜੇ ਆਪਣੇ ਆਪਸ਼ਨ ਹੁੰਦੇ ਆ ਨਾ ਕੁਐਸਚਨ ਦੇ ਉਹ ਕਾਫੀ ਜ਼ਿਆਦਾ ਕਨਫਿਊਜ਼ਨ ਵਾਲੇ ਆ ਐਸ ਲਈ ਤੁਸੀਂ ਸਗੋਂ ਲੋਕ ਪ੍ਰੇ ਕਰਿਆ ਕਰੋ ਕਿ ਜਿਹੜਾ ਐਗਜ਼ਾਮ ਹੈ ਉਹ ਕਦੇ ਸੌਖਾ ਨਾ ਆਵੇ ਠੀਕ ਹੈ ਕਿਉਂਕਿ ਆਪਣੀ ਜਿਹੜੀ ਕੱਟਆਫ ਹੈ ਉਹ ਵੀ ਬਹੁਤ ਜ਼ਿਆਦਾ ਹਾਈ ਜਾਵੇਗੀ ਠੀਕ ਹੈ ਜਿਹੜੇ ਆਪਣੇ ਆਪਸ਼ਨ ਹੁੰਦੇ ਆ ਨਾ ਉਹਦੇ ਵਿੱਚ ਸੌਖੇ ਐਗਜ਼ਾਮ ਦੇ ਵਿੱਚ ਉਹ ਵੀ ਬਹੁਤ ਜ਼ਿਆਦਾ ਕਨਫਿਊਜ਼ਨ ਵਾਲੇ ਹੁੰਦੇ ਆ ਬੰਦਾ ਉਹਦੇ ਵਿੱਚ ਸਗੋਂ ਜ਼ਿਆਦਾ ਫਸਦਾ ਹੈ ਤੇ ਤੁਸੀਂ ਇੱਕ ਚੀਜ਼ ਨੋਟ ਕਰਿਆ ਜੇ ਜਦੋਂ ਵੀ ਆਪਣਾ ਐਗਜ਼ਾਮ ਔਖਾ ਆਉਂਦਾ ਹੈ ਨਾ ਤਾਂ ਜਿਹੜੇ ਉਹਦੇ ਆਪਣੇ ਚਾਰ ਆਪਸ਼ਨ ਹੁੰਦੇ ਆ ਨਾ ਉਹ ਬਹੁਤ ਸੌਖੇ ਹੁੰਦੇ ਆ ਸਿੱਧਾ ਸਿੱਧ ਅਨਸਰ ਪਤਾ ਹੁੰਦਾ ਹੈ ਅਨਸਰ ਆਪਣਾ ਜਮਾਂ ਸਿੱਧਾ ਪਿਆ ਹੁੰਦਾ ਠੀਕ ਹੈ ਕਹਿੰਦਾ ਮਤਲਬ ਇਹ ਹੈ ਤਾਂ ਦੋਸਤੋ ਅਗਰ ਆਪਾਂ ਗੱਲ ਕਰੀਏ ਹਾਂਜੀ ਜੇਲ ਵਾਰਡਨ ਦਾ ਹਲੇ ਤੱਕ ਸਿਲੇਬਸ ਨਹੀਂ ਆਇਆਗਾ ਜਸ ਓਕੇ ਅਗਰ ਆਪਾਂ ਦੋਸਤੋ ਗੱਲ ਕਰੀਏ ਤਾਂ ਗੁਰਦਿਆਲ ਸਿੰਘ ਜੀ ਦਾ ਪੂਰਾ ਨਾਮ ਹੈਗਾ ਗੁਰਦਿਆਲ ਸਿੰਘ ਦੁੱਗਲ ਨਹੀਂ ਹੈਗਾ ਗੁਰਦਿਆਲ ਸਿੰਘ ਰਾਹੀ ਹੈਗਾ ਠੀਕ ਹੈ ਦੋਸਤੋ ਇਹ ਕੀ ਹੈ ਇੱਕ ਇੰਡੀਅਨ ਰਾਈਟਰ ਹੈ ਤੇ ਨੋਵਲਿਸਟ ਹੈ ਠੀਕ ਹੈ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਠੀਕ ਹੈ ਅਗਰ ਪਰ ਉਸ ਤੋਂ ਗੱਲ ਕਰੀਏ ਇਹਨਾਂ ਨੇ ਆਪਦਾ ਜਿਹੜਾ ਕੈਰੀਅਰ ਹੈ ਉਹ 1957 ਦੇ ਵਿੱਚ ਇੱਕ ਸ਼ਾਰਟ ਸਟੋਰੀ ਭਗਵਾਨ ਵਾਲਾ ਠੀਕ ਹੈ ਭਾਗਾਂ ਵਾਲੇ ਠੀਕ ਹੈ ਸੌਰੀ ਭਾਗਾਂ ਵਾਲੇ ਤੋਂ ਸਟਾਰਟ ਕੀਤਾ ਸੀ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਗੁਰਦਿਆਲ ਸਿੰਘ ਜਿਹੜੇ ਆਪਣੇ ਫੇਮਸ ਨੋਵਲਿਸਟ ਹੈ ਠੀਕ ਹੈ ਉਹਨਾਂ ਨੇ ਆਪਦਾ ਜਿਹੜਾ ਕੈਰੀਅਰ ਹੈ ਉਹ ਕਿਸ ਸ਼ਾਰਟ ਸਟੋਰੀ ਤੋਂ ਸਟਾਰਟ ਕੀਤਾ ਸੀ ਆਪਣਾ ਆਨਸਰ ਆਏਗਾ ਭਾਗਾਂ ਵਾਲੇ ਠੀਕ ਹੈ 1957 ਠੀਕ ਹੈ ਗਾਇਜ਼ ਉਹਨਾਂ ਦਾ ਇੱਕ ਬਹੁਤ ਹੀ ਇੰਪੋਰਟੈਂਟ ਆਪਣਾ ਨੋਵਲ ਹੈਗਾ ਮਰੀਦਾ ਦੀਵਾ ਜੋ ਕਿ 1964 ਦੇ ਵਿੱਚ ਆਇਆ ਸੀਗਾ ਇਹ ਵੀ ਤੁਸੀਂ ਕੀ ਹੈ ਪੱਕਾ ਧਿਆਨ ਰੱਖਿਆ ਜੇ ਤੁਹਾਨੂੰ ਕੁਐਸਚਨ ਪੱਕਾ 100 100% ਆਏਗਾ ਜਿਹੜਾ ਮਰੀਦਾ ਦੀਵਾ ਹੈਗਾ ਉਹ ਕਿਹੜੇ ਸਾਲ ਹੋਇਆ ਸੀ ਪਬਲਿਸ਼ਡ 1964 ਦੇ ਵਿੱਚ ਠੀਕ ਹੈ ਧਿਆਨ ਰੱਖਿਆ ਜੇ ਹੁਣ ਤੁਸੀਂ ਦੱਸੋ ਕਿ ਇਹਨਾਂ ਨੂੰ ਜਿਹੜਾ ਆਪਣਾ ਜਨਾਨਪਿਤ ਅਵਾਰਡ ਹੈਗਾ ਉਹ ਕਦੋਂ ਮਿਲਿਆ ਸੀਗਾ ਤੁਸੀਂ ਦੱਸੋ ਫਟਾਫਟ ਕਮੈਂਟ ਬਾਕਸ ਦੇ ਵਿੱਚ ਵੀਡੀਓ ਖਤਮ ਹੋਣ ਤੋਂ ਬਾਅਦ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਸਾਰਿਆਂ ਦਾ ਆਨਸਰ ਆਣਾ ਚਾਹੀਦਾ ਹੈ ਠੀਕ ਹੈ ਦੋਸਤੋ 9th ਕੁਐਸਚਨ ਆ ਗਿਆ ਆਪਣਾ ਕਿ ਡਿਊਰਿੰਗ ਮੈਰਿਜ ਵਿਚ Song ਇਸ ਸੰਗ ਐਟ ਬ੍ਰਾਈਡਗਰੂਮ ਇਸ ਪਲੇਸ ਮਤਲਬ ਕਿ ਵਿਆਹ ਦੇ ਸਮੇ ਲਾੜੇ ਦੀ ਜਗ੍ਹਾ ਤੇ ਕਿਹੜਾ ਗੀਤ ਗਾਇਆ ਜਾਂਦਾ ਹੈ ਠੀਕ ਹੈ ਘੋੜੀਆਂ ਸਿਠਣੀਆਂ ਸੁਹਾਗ ਜਾਂ ਫਿਰ ਸੋਹਿਲੇ ਤਾਂ ਨੋਵੇਂ ਦਾ ਆਪਣਾ ਆਨਸਰ ਕੀ ਆਏਗਾ ਇਹਦਾ ਆਪਣਾ ਜਵਾਬ ਦੋ ਹਾਂਜੀ ਠੀਕ ਹੈ ਜੀ ਠੀਕ ਹੈ ਨੋਮਾ ਕੁਐਸਚਨ ਦਾ ਜਵਾਬ ਦਿਓ ਆਪਣਾ ਅਗਲਾ ਡੂਰਿੰਗ ਮੈਰਿਜ ਵਿਚ Song ਇਸ ਸੰਗ ਐਟ ਬ੍ਰਾਈਡਰੂਮ ਇਸ ਪਲੇਸ ਵਿਆਹ ਦੇ ਸਮੇਂ ਲਾੜੇ ਦੀ ਜਗ੍ਹਾ ਤੇ ਕਿਹੜਾ ਗੀਤ ਗਾਇਆ ਜਾਂਦਾ ਹੈ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਬਹੁਤ ਆਉਂਦੇ ਆ ਠੀਕ ਹੈ ਤਾਂ ਧਿਆਨ ਰੱਖਿਆ ਜੇ ਦੇਖੋ ਇਹਦੇ ਵਿੱਚ ਹੁਣ ਮੈਂ ਜਾਣ ਬੁਝ ਕੇ ਜਿਹੜੇ ਆ ਬਾਕੀ ਦੇ ਜਿਹੜੇ ਆਪਸ਼ਨ ਹੈਗੇ ਆ ਉਹ ਤੁਹਾਨੂੰ ਜਾਣ ਬੁਝ ਕੇ ਕਨਫਿਊਜ਼ਨ ਵਾਲੇ ਪਾਏ ਹੈ ਠੀਕ ਹੈ ਬੜਾ ਧਿਆਨ ਰੱਖਿਆ ਜੇ ਇਹਦਾ ਆਪਣਾ ਆਂਸਰ ਜਿਹੜਾ ਹੈ ਉਹ ਸੁਹਾਗ ਨਹੀਂ ਆਏਗਾ ਠੀਕ ਹੈ ਸਾਰਿਆਂ ਨੇ ਸੁਹਾਗ ਲਗਾ ਰਹੇ ਹੋ ਆਪਣਾ ਆਂਸਰ ਆਏਗਾ ਕੋੜੀਆਂ ਠੀਕ ਹੈ ਕਾਫੀ ਆਦੇ ਆਂਸਰ ਠੀਕ ਆ ਰਿਹਾ ਹੈ ਕੋੜੀਆਂ ਇਜ਼ ਦਾ ਰਾਈਟ ਆਂਸਰ ਠੀਕ ਹੈ ਆਪਸ਼ਨ ਨੰਬਰ 1st ਆਏਗਾ ਓਕੇ ਕੋੜੀਆਂ ਜਿਹੜਾ ਉਹ ਵਿਆਹ ਦੇ ਸਮੇਂ ਕੀ ਹੈ ਲਾੜੇ ਦੇ ਜਗ੍ਹਾ ਤੇ ਗਾਇਆ ਜਾਂਦਾ ਹੈ ਠੀਕ ਹੈ ਅਗਰ ਆਪਾਂ ਦੋਸਤੋ ਗੱਲ ਕਰੀਏ ਆਪਣਾ 10ਵਾਂ ਕੁਐਸਚਨ ਦੇ ਵੱਲ ਵੀ ਸੇਮ ਹੀ ਕੈਟਾਗਰੀ ਦਾ ਸਵਾਲ ਹੈਗਾ ਆਪਣੇ ਕੋਲ ਕਿ ਵੈਨ ਦਾ ਮੈਰਿਜ ਪਾਰਟੀ ਅਰਾਈਵਸ ਐਟ ਦਾ ਬਰਾਇਡਸ ਪਲੇਸ ਵਿਚ Song ਇਜ਼ ਸੰਗ ਜਦੋਂ ਮੈਰਿਜ ਪਾਰਟੀ ਲਾੜੀ ਦੇ ਸਥਾਨ ਤੇ ਆਉਂਦੀ ਹੈ ਮਤਲਬ ਕਿ ਜਦੋਂ ਬਰਾਤ ਪਹੁੰਚਦੀ ਹੈ ਤਾਂ ਕਿਹੜਾ ਗੀਤ ਗਾਇਆ ਜਾਂਦਾ ਹੈ ਘੋਰੀਆਂ ਸਿਠਨੀਆਂ ਸੁਹਾਗ ਤੇ ਸਹੇਲੇ ਸੇਮ ਆਪਸ਼ਨ ਤੁਹਾਡੇ ਸਾਹਮਣੇ ਹੈ ਹੁਣ ਇਸ ਕੁਐਸਚਨ ਦਾ ਆਪਣਾ ਆਨਸਰ ਕੀ ਆਏਗਾ ਇਹਦਾ ਜਵਾਬ ਦੋ ਦੋਸਤੋ ਇਹਦਾ ਬਹੁਤ ਵਾਰੀ ਕੁਐਸਚਨ ਆਉਂਦੇ ਹੈ ਇਹ ਬਹੁਤ ਵਾਰੀ ਠੀਕ ਹੈ ਦੱਸੋ ਇਹਦਾ ਕੀ ਆਪਣਾ ਆਨਸਰ ਆਏਗਾ ਕੁਐਸਚਨ ਨੰਬਰ ਨਾਲ ਪਾਓ ਹਾਂਜੀ ਦਸਵੇਂ ਦਾ ਆਪਣਾ ਹਾਂਜੀ ਆਨਸਰ ਆਨੇ ਸਟਾਰਟ ਹੋ ਚੁੱਕੀ ਹੈ ਠੀਕ ਹੈ ਤਾਂ ਦੋਸਤੋ ਜੇ ਆਪਾਂ ਗੱਲ ਕਰੀਏ ਤਾਂ ਧਿਆਨ ਨਾਲ ਨੋਟ ਕਰ ਲਓ ਸੁਹਾਗ ਨਹੀਂ ਆਏਗਾ ਠੀਕ ਹੈ ਜਿਨੇ ਵੀ ਜਨੇ 10ਵੇਂ ਦਾ ਸੀ ਲਗਾ ਰਿਹਾ ਹੈ ਸੁਹਾਗ ਨਹੀਂ ਆਏਗਾ ਨਹੀਂ ਆਏਗਾ ਠੀਕ ਹੈ ਸਿਟਨੀਆਂ ਅਨਸਰ ਆਏਗਾ ਆਪਸ਼ਨ ਨੰਬਰ ਬੀ ਠੀਕ ਹੈ ਸਿਟਨੀਆਂ ਅਨਸਰ ਆਏਗਾ ਆਪਸ਼ਨ ਨੰਬਰ ਬੀ ਕੁਸ਼ਚਨ ਨੂੰ ਦੋ ਵਾਰੀ ਪੜੋ ਤੇ ਫਿਰ ਤੁਸੀਂ ਦੇਖੋ ਕਿ ਜਵਾਬ ਆਪਣਾ ਕਿਸ ਤਰ੍ਹਾਂ ਆ ਰਿਹਾ ਹੈ ਠੀਕ ਹੈ ਬੀ ਆਏਗਾ ਸੀ ਨਹੀਂ ਆਏਗਾ ਕਾਫੀ ਜਨੇ ਸੀ ਲਗਾ ਰਿਹਾ ਹੈ ਪ੍ਰੋਪਰ ਨੋਟ ਕਰ ਲਓ ਕਵੈਸਚਨ ਨੂੰ ਦੋ ਵਾਰੀ ਪੜੋ ਫਿਰ ਜਵਾਬ ਦੇਖੋ ਕਿ ਆਨਸਰ ਸਿੱਟਨੀਆਂ ਕਿਉਂ ਆਇਆ ਹੈ ਠੀਕ ਹੈ ਦੋਸਤੋ ਅਗੜਾ ਪਾ ਗੱਲ ਕਰੀਏ ਆਪਣਾ 11ਵਾਂ ਕਵੈਸਚਨ ਹੈਗਾ ਕਿ ਮੇਲਾ ਗਦਰੀ ਬਾਬਿਆਂ ਦਾ ਹੈਲਡ ਐਟ ਦੋਸਤੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕਵੈਸਚਨ ਹੈ ਠੀਕ ਹੈ ਕਾਫੀ ਵਾਰੀ ਮੈਂ ਐਗਜ਼ਾਮ ਦੇ ਵਿੱਚ ਇਹ ਕਵੈਸਚਨ ਜਿਹੜਾ ਹੈ ਉਹ ਦੇਖਿਆ ਹੋਇਆ ਹੈ ਠੀਕ ਹੈ ਮੇਲਾ ਗਦਰੀ ਬਾਬਿਆਂ ਦਾ ਜਿਹੜਾ ਮੇਲਾ ਹੈਗਾ ਠੀਕ ਹੈ ਉਹ ਕਿੱਥੇ ਲੱਗਦਾ ਹੈ ਜਲੰਧਰ ਮੁਹਾਲੀ ਐਸਬੀਐਸ ਨਗਰ ਜਾਂ ਫਿਰ ਪਟਿਆਲਾ ਹਾਂਜੀ 11ਵਾਂ ਦਾ ਆਨਸਰ ਦੋ 11ਵਾਂ ਆ ਗਿਆ ਆਪਣੇ ਕੋਲ ਹਾਂਜੀ ਬਹੁਤ ਵਧੀਆ ਸਾਡਾ ਦਾ ਆਨਸਰ ਜਿਹੜਾ ਉਹ ਠੀਕ ਕਾੜਿਆ ਹੈ ਗਾਇਸ ਇਹ ਆਪਣਾ ਹੋਏਗਾ ਜਲੰਧਰ ਦੇ ਵਿੱਚ ਠੀਕ ਹੈ ਮੇਲਾ ਬਾਬਾ ਮੇਲਾ ਗਦਰੀ ਬਾਬਿਆਂ ਦਾ ਜਿਹੜਾ ਉਹ ਜਲੰਧਰ ਵਿੱਚ ਲੱਗਦਾ ਹੈ ਠੀਕ ਹੈ ਧਿਆਨ ਰੱਖਿਆ ਜੀ ਦੋਸਤੋ ਇਹਦੀ ਜਿਹੜੀ ਆਪਣੀ ਐਗਜ਼ੈਕਟ ਲੋਕੇਸ਼ਨ ਹੈਗੀ ਹੈ ਉਹ ਵੀ ਆਪਾਂ ਕੀ ਹੈ ਦੇਖ ਲੈਣੇ ਆ ਪਹਿਲਾ ਗੱਲ ਆਪਾਂ ਧਿਆਨ ਚ ਰੱਖਣੀ ਹੈ ਕਿ 3 ਦਿਨ ਦਾ ਜਿਹੜਾ ਆਪਣਾ ਹੁਣ ਮਤਲਬ ਐਤ ਕੀ ਜਿਹੜਾ 26ਵਾਂ ਗਦਰੀ ਬਾਬਿਆਂ ਦਾ ਮੇਲਾ ਜਿਹੜਾ ਲੱਗਿਆ ਸੀਗਾ ਠੀਕ ਹੈ ਇਹ ਕਿੱਥੇ ਲੱਗਿਆ ਦਾ ਦੋਸਤੋ ਦੇਸ਼ ਭਗਤ ਯਾਦਗਾਰ ਹਾਲ ਠੀਕ ਹੈ ਧਿਆਨ ਰੱਖਿਆ ਜੇ ਇਹ ਆਪਣਾ ਕਿੱਥੇ ਹੈਗਾ ਜਲੰਧਰ ਵਿੱਚ ਹੈ ਠੀਕ ਹੈ ਤੁਹਾਨੂੰ ਇਹ ਚੀਜ਼ ਮੇਨ ਰੱਖਣੀ ਹੈ ਨੋਟ ਤੁਸੀਂ ਕਿ ਜਲੰਧਰ ਵਿੱਚ ਆਪਣਾ ਹੈਗਾ ਦੇਸ਼ ਭਗਤ ਯਾਦਗਾਰ ਹਾਲ ਠੀਕ ਹੈ ਉੱਥੇ ਇਹ ਲੱਗਦਾ ਹੈ ਮੇਲਾ ਠੀਕ ਹੈ ਧਿਆਨ ਰੱਖਿਆ ਜੇ ਗਾਈਜ਼ 12ਵਾਂ ਕੁਸ਼ਚਨ ਹੈ ਕਿਸਾਨ ਮੇਲਾ ਇਜ਼ ਹੈਲਡ ਐਟ ਠੀਕ ਹੈ ਕਿਸਾਨ ਮੇਲਾ ਇਸ ਸਮੇਂ ਆਯੋਜਿਤ ਕੀਤਾ ਜਾਂਦਾ ਹੈ ਕਿੱਥੇ हां जी किसान मेला दोस्तों ਇਹਨਾਂ ਵਿੱਚੋਂ ਕਿੱਥੇ ਲੱਗਦਾ ਹੈ ਲੁਧਿਆਣਾ ਜਲੰਧਰ ਮੁਹਾਲੀ ਤੇ ਐਸਬੀਐਸ ਨਗਰ ਬਹੁਤ इजी ਕੁਐਸਚਨ ਹੈ ਠੀਕ ਹੈ ਦੱਸੋ ਇਹਦਾ ਆਪਣਾ ਆਨਸਰ ਕੀ ਆਏਗਾ ਬਹੁਤ इजी ਕੁਐਸਚਨ ਹੈ ਠੀਕ ਹੈ ਆ ਦੇਖੋ ਹਲੇ ਵੀ ਲੋਕ ਲਗਾ ਰਹੇ ਆ ਜਲੰਧਰ ਕਿਸਾਨ ਮੇਲੇ ਦੀ ਗੱਲ ਹੋ ਰਹੀ ਹੈ ਠੀਕ ਹੈ ਮੁਹਾਲੀ ਲੈ ਦੱਸੋ ਜੀ ਦੋਸਤੋ ਦੇਖੋ ਆਪਾਂ ਨੂੰ ਪਤਾ ਹੈ ਕਿ ਆਪਣੀ ਜਿਹੜੀ ਫੇਮਸ ਹੈਗੀ ਹੈ ਨਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਠੀਕ ਹੈ ਤੇ ਆਪਾਂ ਨੂੰ ਪਤਾ ਹੈ ਕਿ ਆਪਣਾ ਐਗਰੀਕਲਚਰ ਹੈ ਜਿਹੜਾ ਉਹ ਕਿਸ ਨਾਲ ਸਬੰਧਿਤ ਹੁੰਦਾ ਹੈ ਮੇਨਲੀ ਉਹ ਹੁੰਦਾ ਹੈ ਕਿਸਾਨ ਦੇ ਨਾਲ ਠੀਕ ਹੈ ਤਾਂ ਸਿੰਪਲ ਜੀ ਗੱਲ ਹੈ ਇਹਦਾ ਆਨਸਰ ਆਏਗਾ ਆਪਣਾ ਲੁਧਿਆਣਾ ਠੀਕ ਹੈ ਇਹਦੇ ਵਿੱਚ ਯਾਰ ਇੰਨਾ ਕੀ ਸੋਚਣਾ ਹੈ ਤੁਸੀਂ ਹਲੇ ਵੀ ਮਤਲਬ ਮੁਹਾਲੀ ਲਗਾ ਰਹੇ ਹੋ ਜਲੰਧਰ ਲਗਾ ਰਹੇ ਹੋ ਠੀਕ ਹੈ ਆਪਸ਼ਨ ਨੰਬਰ 1st ਆਏਗਾ ਰਾਈਟ ਆਨਸਰ ਓਕੇ ਤੇ ਅਨਾਲ ਨੋਟ ਕਰ ਲਿਆ ਜੀ ਮਿਲਦੇ ਆ ਫਿਰ ਆਪਾਂ ਕੱਲ ਨੂੰ 2 ਵਜੇ ਸੇਮ ਟਾਈਮ ਤੇ ਠੀਕ ਹੈ ਰੈਡੀ ਰਹਾ ਜੇ ਇਹਨਾਂ ਕੁਸ਼ਨਸ ਨੂੰ ਕੀ ਹੈ ਤੁਸੀਂ ਰਿਵਾਈਜ਼ ਕਰ ਲੈਣਾ ਹੈ ਵੀਡੀਓ ਨੂੰ ਛੱਡਣ ਤੋਂ ਪਹਿਲਾਂ ਲਾਈਕ ਕਰਕੇ ਜਾਣਾ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਆ ਆਪਾਂ ਮਤਲਬ ਕਿ ਤੁਹਾਡੇ ਵਾਸਤੇ ਕੁਝ ਵਧੀਆ ਕਰ ਰਹੇ ਹਾਂ ਤੁਹਾਡੇ ਕੰਪੀਟੀਟਿਵ ਇਗਜ਼ਾਮ ਦੇ ਵਾਸਤੇ ਵਧੀਆ ਤੁਹਾਨੂੰ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਸਾਰੇ ਹੀ ਫੈਕਲਟੀ ਬਹੁਤ ਵਧੀਆ ਤੁਹਾਨੂੰ ਦੋਸਤੋ ਤਿਆਰੀ ਕਰਵਾ ਰਹੀ ਹੈ ਤਾਂ ਉਹਨਾਂ ਸਾਰੀਆਂ ਵੀਡੀਓ ਨੂੰ ਕੀ ਹੈ ਲਾਈਕ ਕਰਿਆ ਕਰੋ ਇਹਦੇ ਨਾਲ ਕੀ ਹੁੰਦਾ ਹੈ ਮੋਟੀਵੇਸ਼ਨ ਮਿਲਦੀ ਹੈ ਠੀਕ ਹੈ ਆਪਾਂ ਨੂੰ ਲੱਗਦਾ ਹੈ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਕੀ ਹੈ ਸਾਡੇ ਕੰਮ ਨੂੰ ਜਿਹੜਾ ਉਹ ਪਸੰਦ ਕਰ ਰਹੇ ਹੋ ਠੀਕ ਹੈ ਤਾਂ ਔਰ ਅਗਰ ਤੁਸੀਂ ਨਵੇਂ ਹੋ ਆਪਣੇ ਐਸੇ ਚੈਨਲ ਦੇ ਉੱਪਰ ਤਾਂ ਸਬਸਕ੍ਰਾਈਬ ਦਾ ਬਟਨ ਦਬ ਲਿਆ ਜੇ ਬੈਲ ਆਈਕਨ ਨੂੰ ਕਲਿੱਕ ਕਰ ਲਿਆ ਜੇ ਤਾਂ ਕਿ ਆਉਣ ਵਾਲੀਆਂ ਫਰਦਰ ਵੀਡੀਓ ਵੀ ਪਹੁੰਚ ਜਾਵੇ ਬਾਕੀ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਲਿਆ ਜੇ ਉਹਦੇ ਉੱਪਰ ਕੀ ਹੈ ਪੀਡੀਫਸ ਵਗੈਰਾ ਇੰਪੋਰਟੈਂਟ ਇਨਫੋਰਮੇਸ਼ਨ ਵਗੈਰਾ ਕੀ ਆਸੀਂ ਸ਼ੇਅਰ ਕਰਦੇ ਰਹਿੰਦੇ ਹਾਂ ਓਕੇ ਗਾਇਜ਼ ਥੈਂਕ ਯੂ ਗਾਇਜ਼ ਟੇਕ ਕੇਅਰ ਗੁੱਡ ਬਾਏ ਗੋਡ ਬlesਸ ਯੂ